ਸਮਾਣਾ ਵਿਖੇ ਭਾਰਤ ਸਰਕਾਰ ਅਤੇ ਚੋਣ ਕਮਿਸ਼ਨ ਸਮਾਣਾ SDM ਰਿਚਾ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ 5 ਮਾਰਚ ਤੱਕ ਚੱਲੀ ਵੋਟਰਾਂ ਨੂੰ ਆਪਣੀ ਵੋਟ ਇਸਤੇਮਾਲ ਕਰਨ ਸੰਬੰਧੀ ਜਾਣਕਾਰੀ ਦੇਣ ਲਈ ਅੱਜ ਪਾਵਰਕੌਮ ਵਿਖੇ ਸਮਾਗਮ ਕੀਤਾ ਗਿਆ। ਆਮ ਲੋਕਾਂ ਵਿੱਚ ਚਰਚਾ ਹੁੰਦੀ ਹੈ ਕਿ ਮੇਰੀ ਵੋਟ ਸਹੀ ਨਹੀਂ ਭੁਗਤੀ ਗਈ ਅਤੇ ਲੋਕਾਂ ਦੀ ਸ਼ੰਕਾ ਨੂੰ ਦੂਰ ਕਰਨ ਲਈ ਅੱਜ ਪਾਵਰਕੌਮ ਦੇ ਐਕਸ਼ਨ ਕਮਰਦੀਪ ਸਿੰਘ LBO ਰਾਜਵਿੰਦਰ ਸਿੰਘ BLO ਮੋਹਨ ਲਾਲ ਕੈਮਲਨੈਨ ਸੁਸ਼ੀਲ ਸ਼ਰਮਾ ਅਤੇ ਨੋਡਲ ਅਫਸਰ ਹੰਸ ਰਾਜ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਿੰਗ ਦੀ ਸ਼ੁਰੂਆਤ ਵਿੱਚ 5 ਵੋਟਰਾਂ ਦਾ ਬੈਲਟ ਪੇਪਰ ਹੀ ਨਿਕਾਲਿਆ ਜਾਂਦਾ ਹੈ ਕਿ ਵੋਟ ਕਿਸ ਨੂੰ ਪਾਈ ਹੈ ਅਤੇ ਚੋਣ ਕੀ ਹੈ। ਤੁਸੀਂ EVM ਦਾ ਬਟਨ ਦਬਾਉਣ ਤੋਂ ਬਾਅਦ 7 ਸੈਕਿੰਡ ਮਸ਼ੀਨ ਦੇ ਕੋਲ ਖੜ੍ਹੇ ਰਹੋ ਤਾਂ ਕਿ ਦੂਜਾ ਵੋਟਰ ਤੁਹਾਡੀ ਵੋਟ ਬਾਰੇ ਜਾਣਕਾਰੀ ਨਾ ਲੈ ਸਕੇ। ਕੌਂਸਲਰ ਟਿੰਕਾ ਗਾਜੀਵਾਸ ਵੱਲੋਂ ਸਰਕਾਰ ਅਤੇ SDM ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਸਮਾਣਾ ਤੋਂ ਕਲਾਸ਼ ਰਮਦ ਨਾਲ ਨੂਰੀ ਬਾਂਸਲ ਦੀ ਰਿਪੋਰਟ। ਮਾਨਯੋਗ SDM ਸਾਹਿਬ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਇਹ ਵੋਟਾਂ ਪਾਉਣ ਸੰਬੰਧੀ ਸਿਖਲਾਈ ਕੈਂਪ ਲੱਗ ਰਹੇ ਨੇ ਹਰ ਬੋਰਡ ਦੇ ਉੱਪਰ। ਅੱਜ ਮੈਂ 10 ਨੰਬਰ ਵਾਰਡ ਵਿੱਚ ਬਿਜਲੀ ਬੋਰਡ ਵਿਖੇ ਮੇਰਾ ਵਾਰਡ ਪੈਂਦਾ ਇਹ ਅਤੇ ਮੈਂ ਇਸ ਦਾ ਕੌਂਸਲਰ ਵੀ ਹਾਂ ਅਤੇ ਇੱਥੋਂ ਦੇਖੋ ਕਾਫੀ ਸੰਖਿਆ ਵਿੱਚ ਲੋਕ ਆਏ ਨੇ ਵੋਟ ਪਾਉਣ ਸਿੱਖਣ ਵਾਸਤੇ। ਵੋਟ ਕਿਵੇਂ ਪੈਂਦੀ ਹੈ ਤਾਂ ਕਿ ਜਿਹੜਾ ਵੋਟਰ ਵੋਟ ਪਾਉਂਦਾ ਉਹਨੂੰ ਪਤਾ ਲੱਗ ਸਕੇ ਮੈਂ ਵੋਟ ਕਿੱਥੇ ਪਾਈ ਹੈ। ਇਹ 3 ਮਸ਼ੀਨਾਂ ਨੇ ਜਦੋਂ ਵੋਟ ਪਾਉਣੇ ਆਪਾਂ ਇਹਦੇ ਨਾਲ ਜਿਵੇਂ ਲੋਕ ਕਹਿੰਦੇ ਨੇ ਵੋਟ ਬੈਲਟ ਪੇਪਰ ਵਾਲੇ ਪੈਣੀ ਚਾਹੀਦੀ ਹੈ ਤਾਂ ਇੱਥੇ ਇੱਕ ਬੈਲਟ ਪੇਪਰ ਵੀ ਨਿਕਲਦਾ ਹੈ 7 ਸੈਕਿੰਡ ਦਾ ਜਿਹੜਾ ਉਹ ਟਾਈਮ ਹੁੰਦਾ ਉਹਦਾ ਉਹ ਆਪਾਂ ਚੈੱਕ ਕਰ ਸਕਦੇ ਹਾਂ ਉਸ ਬੈਲਟ ਪੇਪਰ ਰਾਹੀਂ ਵੀ ਅਸੀਂ ਵੋਟ ਕਿੱਥੇ ਪਾਈ ਹੈ। ਤਾਂ ਮੈਂ ਲੋਕਾਂ ਨੂੰ ਵੀ ਵੱਧ ਤੋਂ ਵੱਧ ਬੇਨਤੀ ਕਰਦਾ ਵੀ ਆਪਣੇ ਬੁੱਥਾਂ ਜਾ ਕੇ VLO ਸਾਹਿਬਾਨ ਡਿਊਟੀ ਲੱਗੀ ਹੋਈ ਹੈ ਸਾਰੇ ਉੱਥੇ ਮਸ਼ੀਨ ਲੈ ਕੇ ਪਹੁੰਚ ਰਹੇ ਨੇ ਵੀ ਵੱਧ ਤੋਂ ਵੱਧ ਇਸ ਮਸ਼ੀਨ ਦੀ ਸਿਖਲਾਈ ਲੈ ਕੇ ਇਹ ਵੋਟਾਂ ਪਾਉਣ ਸੇ ਸਿੱਖਣ ਅਤੇ ਕਿਸੇ ਨੂੰ ਇਹ ਨਾ ਹੋਵੇ ਮੇਰੀ ਵੋਟ ਗਲਤ ਪੈ ਗਈ। ਤਾਂ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦਾ ਵੀ ਹੁਣ ਅੱਗੇ ਇਲੈਕਸ਼ਨ ਆ ਰਹੇ ਨੇ ਸਭ ਆਪਣੇ ਮਤਦਾਨ ਦਾ ਆਪਣੀ ਵੋਟ ਦਾ ਇਸਤੇਮਾਲ ਕਰਨ। ਇਹੀ ਹੱਕ ਆਪਣੇ ਕੋਲ ਇੱਕ ਜਿਹੜਾ ਵੀ ਤੁਹਾਡਾ ਕੋਈ ਚੁਣਿੰਦਾ ਕੈਂਡੀਡੇਟ ਉਹਨੂੰ ਵੋਟ ਪਾ ਕੇ ਅਤੇ ਆਪਣੀ ਵੋਟ ਪਾ ਕੇ ਵੋਟ ਦਾ ਇਸਤੇਮਾਲ ਕਰੋ ਅਤੇ ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ ਪ੍ਰਸ਼ਨ ਜੀ। ਪਹਿਲਾਂ ਤਾਂ ਸਾਰਿਆਂ ਨੂੰ ਨਮਸਕਾਰ। ਭਾਰਤ ਸਰਕਾਰ ਚੋਣ ਕਮਿਸ਼ਨ ਵੱਲੋਂ 5 ਮਾਰਚ ਤੱਕ ਇੱਕ ਮੂਵਿੰਗ ਬੈਨ ਚਲਾਈ ਜਾ ਰਹੀ ਹੈ ਜਿਹੜਾ ਸਾਰਾ ਕੰਮ ਸਾਡੇ ਕਮਨ NG ਨੇ ਉਹਨਾਂ ਦੀ ਡਿਊਟੀ ਲਗਾਈ ਗਈ ਹੈ। ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ VVPAD ਅਤੇ EVM ਮਸ਼ੀਨ ਕਿਸ ਤਰ੍ਹਾਂ ਸਾਡੀ ਵੋਟ ਸੇਫ ਤਰੀਕੇ ਨਾਲ ਪੈਂਦੀ ਹੈ ਔਰ ਜਿਸ ਨੂੰ ਵੀ ਅਸੀਂ ਪਾਉਣਾ ਚਾਹੁੰਦੇ ਹਾਂ ਉਸੇ ਨੂੰ ਪੈਂਦੀ ਹੈ। ਆਮ ਕਰਕੇ ਲੋਕਾਂ ਨੂੰ ਸੰਦੇਸ਼ਾ ਹੁੰਦਾ ਕਿ ਮੇਰੀ ਵੋਟ ਗਲਤ ਤਰੀਕੇ ਨਾਲ ਪਈ ਗਈ ਹੈ ਪਰ ਕਿਉਂਕਿ ਸਵੀਪ ਦਾ ਮੈਂ ਅਸਿਸਟੈਂਟ ਨੋਡਲ ਅਫਸਰ ਅਸੀਂ ਬੱਚਿਆਂ ਨੂੰ ਨੌਜਵਾਨ ਪੀੜ੍ਹੀ ਨੂੰ ਸਾਰਿਆਂ ਨੂੰ ਜਾਗਰੂਕ ਕਰਦੇ ਹਾਂ ਕਿ ਵੋਟ ਜ਼ਰੂਰ ਪਾਉਣ ਜਾਣੀ ਹੈ ਔਰ ਸਭ ਨੇ ਪਾਉਣ ਜਾਣੀ ਹੈ। ਉਸੇ ਤਰ੍ਹਾਂ ਕਮਨ NG ਆਮ ਲੋਕਾਂ ਨੂੰ VVPAD ਔਰ EVM ਮਸ਼ੀਨਾਂ ਬਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਦੱਸ ਰਹੇ ਨੇ ਔਰ ਉਹਨਾਂ ਦੀ ਸ਼ੰਕਾਵਾਂ ਨੂੰ ਦੂਰ ਕਰ ਰਹੇ ਨੇ। ਆਮ ਲੋਕ ਪ੍ਰਸ਼ਨ ਵੀ ਕਰ ਰਹੇ ਨੇ ਅਤੇ ਸਾਡੀ ਕੋਸ਼ਿਸ਼ ਹੈ ਉਹਨਾਂ ਦੀ ਸਾਰੀਆਂ ਸ਼ੰਕਾਵਾਂ ਦੂਰ ਕਰਕੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਵਾਸਤੇ ਪ੍ਰੇਰਿਤ ਕਰ ਰਹੇ ਹਾਂ। ਧੰਨਵਾਦ। ਕਮਨ NG ਜਿਹੜੇ ਵੀ ਮਸ਼ੀਨਾਂ ਵਾਸਤੇ ਤੁਸੀਂ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਉਹਨਾਂ ਦੇ ਰਹੇ ਵੋਟਰਾਂ ਨੂੰ ਸਿਖਲਾਈ ਦੇ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇਹ ਜਿਹੜਾ ਹੈ EVM ਮਸ਼ੀਨ ਦਾ ਡੈਮੋਸਟ੍ਰੇਸ਼ਨ ਹੋ ਰਿਹਾ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਤੇ ਸਾਡੇ ਮਾਣਯੋਗ SDM ਸਮਾਣਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੇ ਬੂਥਾਂ ਦੇ ਵਿੱਚ ਜਾ ਕੇ ਇਹ ਪ੍ਰਦਰਸ਼ਨ ਕਰ ਰਹੇ ਹਾਂ। ਵੋਟਰਸ ਨੂੰ ਅਸੀਂ ਜਾਗਰੂਕ ਕਰ ਰਹੇ ਕਿ ਵੋਟ ਕਿਸ ਤਰ੍ਹਾਂ ਪੈਂਦੀ ਹੈ ਅਤੇ ਜੇਕਰ ਉਹਨਾਂ ਦੇ ਕੋਈ ਸ਼ੰਕੇ ਨੇ ਪ੍ਰਸ਼ਨ ਨੇ ਤਾਂ ਅਸੀਂ ਉਹਨਾਂ ਦਾ ਨਿਵਾਰਨ ਕਰਦੇ ਹਾਂ।